ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਕਿਵੇਂ ਹੋ ਸਾਰੇ? ਤਾਂ ਅੱਜ ਆਪਾਂ ਲੱਗੇ ਹਾਂ ਹੇਅਰ ਹਾਈਲਾਈਟਸ ਕਰਨ, ਹੈ ਨਾ। ਜਿਵੇਂ ਇੱਕ ਤਾਂ ਆਪਾਂ ਹੈਵੀ ਹੇਅਰ ਹਾਈਲਾਈਟਸ ਕਰਦੇ ਹੁੰਦੇ ਹਾਂ, ਇੱਕ ਆਪਾਂ ਨੋਰਮਲ ਹੇਅਰ ਹਾਈਲਾਈਟਸ ਕਰਦੇ ਹੁੰਦੇ ਹਾਂ। ਹੇਅਰ ਹਾਈਲਾਈਟਸ ਵੀ ਬਹੁਤ ਤਰ੍ਹਾਂ ਦੇ ਹੁੰਦੇ ਆ, ਪਰ ਜੋ ਅੱਜ ਆਪਾਂ ਹਾਈਲਾਈਟਸ ਕਰ ਰਹੇ ਹਾਂ ਉਹ ਆਪਾਂ ਨੋਰਮਲ ਵਾਲੇ ਹਾਈਲਾਈਟਸ ਕਰ ਰਹੇ ਹਾਂ। ਜਿਵੇਂ ਤੁਸੀਂ ਵੀ ਦੋ ਚਾਰ ਲੇਅਰ ਪਵਾਉਣੇ, ਉਹ ਕਿਵੇਂ ਪਾਉਣੇ, ਹੈ ਨਾ। ਕਈ ਵਾਰ ਕੀ ਕਰਦੇ ਪਾਰਲਰ ਵਾਲੇ, ਸਿੱਧਾ ਡਾਇਰੈਕਟ ਇੱਦਾਂ ਹੀ ਪਾ ਦਿੰਦੇ ਆ, ਪਰ ਉਹ ਚੀਜ਼ ਅੱਛੀ ਨਹੀਂ ਲੱਗਦੀ। ਤਾਂ ਇਹ ਵੀ ਕੁਛ ਤਰੀਕੇ ਨਾਲ ਪਾਉਣਾ ਪੈਂਦਾ। ਜਿਵੇਂ ਆਪਾਂ ਅੱਜ ਹਾਈਲਾਈਟਸ ਕਰਾਂਗੇ ਉਹ ਥੋੜ੍ਹਾ ਹਲਕੇ ਤਰੀਕੇ ਨਾਲ ਕਰਾਂਗੇ, ਕਿ ਥੋੜ੍ਹੇ ਹਲਕੇ ਲੇਅਰ ਡਾਲਨੇ ਆਪਾਂ ਉਹਨਾਂ ਦੇ। ਮੈਕਸੀਮਮ 14-15 ਲੇਅਰਸ ਪਾਵਾਂਗੇ ਉਹਨਾਂ ਦੇ। ਉਹ ਲੇਅਰ ਇੱਦਾਂ ਲੱਗਦੇ ਆ ਜਿੱਦਾਂ ਮਤਲਬ ਹੇਅਰ ਦੇ ਪ੍ਰੋਪਰ ਹੇਅਰ ਦੇ ਵਿੱਚ ਤੁਸੀਂ ਲੇਅਰ ਕੀਤੇ ਹੋਏ ਆ। ਚਲੋ ਦਿਖਾਉਂਦੇ ਹਾਂ ਬਾਕੀ ਤੁਹਾਨੂੰ। Thank you.